गल सुनो ए, बहुत कीमती समान है, ध्यान ना जाई। अजक दिन दिहाड़े बाके बहुत होंगे ने। कोई ना बई, नाल दी जान तो बद्ध संभाल के रखना। आ फट माल, तेरे भाई नूं कह दी पेमेंट छेती कर दे, बड़ा टाइम लाउंदा और उहदा जुड़िया नहीं, कैथल तो लैके आया माल। कोई नहीं बई, कह दूंगा पेमेंट वास्ते। जिला पटियाला दा पिंड रब्बो। रब्बो पिंड विच ਪਹਿਲਾ ਟਾਈਮ ਵੀ ਕਰਿਆ ਹੋਇਆ ਜਵਾਕ ਜਾਂ ਬੌੜੀ ਨਹੀਂ ਹਜੇ ਤੱਕ ਕਿਤੇ ਉਹਦਾ ਨਹੀਂ ਪੁਲਿਸ ਪਰਸ ਨੇ ਚੱਕ ਲਿਆ ਨਜ਼ਰਾਂ ਜਿੱਥੇ ਸਰਦਾਰ ਦੇਖਾਂ ਨਾ ਵਿੜਕ ਧੜਕ ਤਾਂ ਲੈਣੀ ਬਣਦੀ ਆ ਕੱਲਾ ਕੱਲਾ ਪੁੱਤਾ ਧੁੱਪ ਵੀ ਵਾਲੀ ਆ ਉਹ ना गर्मी बहुत है। और भाई के मैं किधर दीन ही नहीं, चल कोई ना आजू कि डड्डा पैदा ने जवाक जो मेरा सारा गला ना गलाकड़ा है ये खड़ गया हूं खबर देखद चल जाके देखद भगवंत मान ने की ऐलान किए ने नवे की पॉलिसिया बनाईया ने मेरा सारा कि नहीं दिखाई दिता भी आंदा चल खबर देखद पदापी दिल्ली दौरे से रहने मुख्य मंत्री चन्नी शाम 4:30 बजे पहुंचने मगरों कांग्रेस हाईकमान कर सकते हैं मुलाकात पार्टी मसले सने विधानसभा चुनाव को लेकर हो सकती है चर्चा स्वागत है बिरसे वाल चले जाने जिथों की अपनी लोक धरावां लोक काव लोक संग्रह ये चीज़ां पाईयां जांदियां ने अज दे गायकां ने सभ्याचार दा भविख खराब करन जा रहे ने गे इही पहलां गाने आउंदे सी नी मैं चादर कढ़ दी नी उते पावां बेला मां हुंदी है मां ओए दुनिया वाले हो इहे सारे एक पेंडू कल्चर एक परिवारिक गल्ला सी तियां पैणा दियां अज दे गाने बहुत ही भयानक ने हथियारां ते बंबां ते एक गाना आया बंब आ गया बचट्टा बंब आ गया मेरा कि कसूर जे पसंद आ गया देखो कड्डी भयानक गल है कुड़ी बंब बनती फिरदी है ते होर भी आप गल्लां करदे आ जिवें कोका नी कोका बलिए कई होर गाने मैनू हुण याद नहीं इंग्लिश गाने आ रहे नेगे वध तो वध इन्हां दे विच लचरता पै रही है ते मैं नहीं किसे नू ठेस पहुँचा रहा ये अगले दे कर्म ने अगला रोटी बना के खा रहा है आपां इहदे विच क्यों लत्तां डाइए मैं तां इक सीधी गल सुनन वालियां नू कहना मैं गायकां नू नहीं कहिंदा वह आप ही हट जाणगे गाने गाउणों जे तुसीं चंगीआं चीज़ां सुणोगे वह तां नहीं फिर कढ़णगे जे तुसीं ऐं नचोगे उहनां गाणिआं ते तुसीं चज दी गल सुन लिया करो पंजाब दे लोको लव यू है साला हूँ एक मिनट मसा चलिया दी चंगिया खबर पता नहीं केड़ा है कोई कौन है अच्छा तू महा कि सिमू आ गया सिमू आया नहीं हले यार आया नहीं हजे अच्छा हूं तो सिमू माल लेके आ गया होना
ਮੇਰੇ ਸਾਰੇ ਦੇ ਮੰਗ ਤੇ ਪਹਿਲੀ ਆਉਣ ਲੱਗੇ ਪਿੰਡ ਵਿੱਚ। ਠੀਕ ਹੈ ਬਾਈ, ਕੁਛ ਨਹੀਂ ਹੋਰ ਵਧੀਆ। ਹਾਂ ਵਧੀਆ ਠੀਕ ਠਾਕ। ਆ ਚੱਲ ਬਹਿ ਜਾਣੇ, ਆ ਜਾਊਗਾ ਫਿਰ। ਆ ਜਾ ਆ ਜਾ, ਕੋਈ ਨਾ, ਬਹਿ ਜਾਣੇ, ਆ ਜਾ। ਹਾਂ ਚੱਲ ਆ ਜਾ। ਉਹ ਗਰਮੀ ਵਾਲੀਆਂ ਖਬਰਾਂ ਸੁਣ ਕੇ ਢੀਡ ਦੁਪਹਿਰਾ ਪੈਂਦਾ। ਵੈਲਕਮ ਟੂ ਆ ਜਾ ਆ ਜਾ ਥੀਏਟਰ ਜੰਕਸ਼ਨ। ਥੀਏਟਰ ਜੰਕਸ਼ਨ ਵਾਲੇ ਪੰਜਾਬ ਦੇ ਵਿਚ ਵੀਜ਼ਾ ਵਰਕ ਪਰਮਿਟ ਬੰਦ ਹੈ ਕਿਉਂਕਿ ਗੋਰਿਆਂ ਦੀ ਵੱਧਦੀ ਗਿਣਤੀ ਨੂੰ ਦੇਖ ਕੇ ਇਹ ਵੀਜ਼ਾ ਬੰਦ ਕੀਤਾ ਗਿਆ ਹੈ ਅਤੇ ਪੰਜਾਬ ਵਿੱਚ ਆਉਣ ਲਈ ਵੱਖੋ ਵੱਖ ਕੰਟਰੀਆਂ ਦੇ ਬੰਦਿਆਂ ਨੂੰ 35 ਬੈਂਡ ਲੈਣੇ ਜ਼ਰੂਰੀ ਹੋਣਗੇ ਅਤੇ ਇਹਦੇ ਵਿੱਚ ਹੋਰ ਵੀ ਗੱਲ ਪਾਈ ਗਈ ਹੈ ਵੀ ਕੈਸ਼ 'ਤੇ ਕੰਮ ਕਰਨਾ ਗੈਰ ਕਾਨੂੰਨੀ ਹੋਵੇਗਾ ਉਹਦੇ ਡਾਂਗ ਫਿਰ ਸਕਦੀ ਹੈ ਜਿਹੜਾ ਗੈਰ ਕਾਨੂੰਨੀ ਕੰਮ ਕਰੂਗਾ ਇਸ ਦੀ ਆਪਣੀਆਂ ਵਿਦੇਸ਼ੀ ਗੱਲਾਂ ਆਪਣੇ ਵਧੀਆ ਜਾਣਦੇ ਨੇ ਇਹ ਸਿੰਮੂ ਕਦੋਂ ਕਹੂਗਾ ਸਿੰਮੂ ਆਊਗਾ ਯਾਰ ਸਿੰਮੂ ਭੈਣ ਦਾ ਯਾਰ ਗੱਲਾਂ ਦਾ ਗਲਾਕੜਾ ਨਹੀਂ ਪਤਾ ਕਿਤੇ ਖੜ ਗਿਆ ਹੋਵੇ ਹੋਰ ਯਾਰ ਵੀ ਛੇਤੀ ਆ ਜਾ ਤੂੰ ਲੈ ਕੇ ਇੰਨੀ ਧੁੱਪ ਪੈਂਦੀ ਆ ਇੱਕ ਮੈਨੂੰ ਕਹਿੰਦੀ ਮੈਂ ਫੀਸ ਜੀ ਭਰਨੀ ਹੈਗੀ ਕਿਤੇ ਉੱਧਰ ਨਾ ਲੰਘਿਆ ਹੋਵੇ ਉਹ ਯਾਰ ਫੀਸ ਫੂਸ ਫੇਰ ਭਰ ਲੂਗਾ ਮਾਲ ਲੈ ਕੇ ਤੂੰ ਘਰੇ ਆ ਸਿੱਧਾ ਦੱਸ ਰਾਹ 'ਚ ਖੜਦਾ ਐਡਾ ਮਹਿੰਗਾ ਮਾਲ ਆਇਆ ਦਿਨ ਦਿਹਾੜੇ ਅੱਜ ਬਾਕੇ ਹੋ ਰਹੇ ਨੇ ਅੱਜ ਕੱਲ੍ਹ ਚੱਲਦੇ ਹਾਂ ਸੰਗਰੂਰ ਜ਼ਿਲ੍ਹੇ ਵਿੱਚ ਯਾਨੀ ਕਿ ਸਾਡਾ ਕੀ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ ਉੱਥੇ 22 ਜ਼ਿਲ੍ਹੇ ਨੇ ਪੰਜਾਬ ਦੇ ਵਿੱਚ ਇਹ ਸੰਗਰੂਰ ਜ਼ਿਲ੍ਹਾ ਹੈ ਇੱਥੇ ਇੱਕ ਮੀਟਰ ਮਾਰ ਖੁੱਲ੍ਹ ਗਈ ਸੀ ਕੋਈ ਨਾ ਇੱਥੇ ਆਪਾਂ ਇੱਕ ਮਿੰਟ ਮੇਰੇ ਸਾਰੇ ਦਾ ਬੜਾ ਔਖਾ ਗਾ ਬੋਲਣਾ ਤੂੜੀ ਵੀ ਕਰਦੇ ਹਾਂ ਨਾਲ ਨਾਲ ਖਬਰਾਂ ਬੋਲਦੇ ਹਾਂ ਇਹਦੇ ਨਾਲ ਥੋੜ੍ਹੀ ਜਿਹੀ ਕ੍ਰਾਫਟ ਬਣ ਜਾਂਦੀ ਹੈ ਸੰਗਰੂਰ ਦੀ ਗੱਲ ਕਰਾਂਗੇ ਸੰਗਰੂਰ ਵਿੱਚ ਪੰਜਾਬ ਸਰਕਾਰ ਨੇ ਯਾਨੀ ਕਿ ਪੰਜਾਬ ਸਰਕਾਰ ਨੇ ਪੋਸਟਾਂ ਕੱਢੀਆਂ ਢੇਰ ਸਾਰੀਆਂ ਇਹਨਾਂ ਦੇ ਵਿੱਚ ਤੂੜੀ ਵਿਭਾਗ ਦੇ ਵਿੱਚ ਕਪੈਨ ਦੇ ਵਿੱਚ ਤੁਹਾਨੂੰ 2500 ਡਰਾਈਵਰ ਰੱਖਣਾ ਅਤੇ BA ਪਾਸ ਡਰਾਈਵਰ ਹੋਊਗਾ ਅਤੇ ਹੈਲਪਰ ਹੋਊਗਾ ਇਹ ਸਾਰੀਆਂ ਸਰਕਾਰੀ ਪੋਸਟਾਂ ਨੇ ਅਤੇ ਤੂੜੀ ਰੀਪਰ 'ਤੇ ਵੀ ਬੰਦਿਆਂ ਦੀ ਬਹੁਤ ਲੋੜ ਹੈ ਇਹ 3500 ਬੰਦਾ ਰੱਖਣਾ ਹੈ ਇਹਨਾਂ ਦੇ ਵਿੱਚ ਵੱਖੋ ਵੱਖ ਕੈਟਾਗਰੀਆਂ ਹੋਣਗੀਆਂ ਅਤੇ ਵੱਖੋ ਵੱਖ ਸਟੱਡੀਆਂ ਹੋਣਗੀਆਂ ਇਹਦੇ ਵਿੱਚ ਤੁਹਾਨੂੰ ਹੋਰ ਵੀ ਦੱਸ ਦਿੰਦੇ ਹਾਂ ਯਾਨੀ ਕਿ ਜਿਹੜਾ ਬੰਦੇ ਰੱਖੇ ਜਾਣਗੇ ਇਹਦੇ ਵਿੱਚ ਤਜਰਬਾ ਹੋਣਾ ਚਾਹੀਦਾ 1-1 ਸਾਲ ਦਾ ਯਾਨੀ ਕਿ ਤੂੜੀ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਇਹ ਜਿਹੜੀ ਕੱਲ੍ਹ ਰੱਖਾਂਗੇ ਆਪਾਂ ਕੋਈ ਹੈ ਤਾਂ ਨਹੀਂ ਉਰੇ ਇਹਦੇ ਵਿੱਚ ਆਪਾਂ ਖੜ ਜਾ ਸਰਕਾਰੀ ਸਰਕਾਰੀ ਮੇਰੇ ਖਿਆਲ ਕਿਵੇਂ ਦੱਸਾਂ ਜੀ ਤੁਹਾਨੂੰ ਸਰਕਾਰੀ ਸਿਫਾਰਸ਼ ਦੀ ਲੋੜ ਹੋਊਗੀ ਇਹਦੇ ਵਿੱਚ ਹੁਣ ਆਪਾਂ ਗੱਲਾਂ ਹੋਰ ਕਰਦੇ ਸਬਜ਼ੀਆਂ ਬਾਰੇ ਗੱਲਾਂ ਕਰਦੇ ਹਾਂ ਦੀ ਗੱਲ ਕਰਦੇ ਹਾਂ Please tell me that I can't, that I won't, that I fail, that I'll never make it out, yeah. Please tell me all the bad, never good, fill my head full of... ਯਾ ਬਦੀ ਜਾਨ ਦੀ ਸਲਾਮਤੀ ਚਾਹੁੰਦਾ ਤਾਂ ਜਿੰਨਾ ਵੀ ਮਾਲ ਆ ਸਾਰਾ ਕੱਢ ਕੇ ਫੜਾ ਦਿਓ ਨਾ ਮੈਂ ਨਹੀਂ ਦਿੰਦਾ ਬਈ ਇਹ ਤਾਂ ਮੇਰੇ ਮਹੀਨੇ ਦੀ ਕਮਾਈ ਹੈ ਉਹ ਤੈਨੂੰ ਜਾਨ ਪਿਆਰੀ ਹੈ ਕਿ ਮਾਲ ਪਿਆਰਾ ਹੋਏ ਬਈ ਐਂ ਕਰੋ ਤੁਸੀਂ ਮੇਰੀ ਮਸ਼ਹੂਰ ਨੰਬਰ ਲੈ ਲਓ ਯਾਰ ਰੱਬ ਨੇ ਅੱਜ ਤੱਕ ਦੂਰੀ ਰੱਖਿਆ ਉਹ ਪੈਸਾ ਇਸਕ ਤੇ ਨੱਡੀ ਤੋਂ ਦੇ ਮਾਲ ਬਈ ਦਿਨਾ ਦਿਨਾ ਕੱਢ ਦੇ ਮਾਰੀ ਦਿਨਾ ਦਿਨਾ
ਬਈ ਅੱਧਾ ਅੱਧਾ ਕਰ ਲੈਂਦੇ ਹਾਂ ਤੇ ਹਿੱਸਾ ਪਾ ਲੈਂਦੇ ਹਾਂ ਸਾਲੇ ਅੱਧੇ ਅੱਧੇ ਨੂੰ ਲਾਟਰੀ ਲਾਈ ਆਪਾਂ ਕਿ ਮੈਂ ਸਾਰਾ ਦੇ ਜਿੰਨਾ ਹੈਗਾ ਸਾਰਾ ਕੱਢ ਬਈ ਪੰਜ ਸੱਤ ਦਿਨ ਦੀ ਕਮਾਈ ਤਾਂ ਲੈ ਲੈਣ ਤੂੰ ਮੇਰੇ ਕੋਲੇ ਸਾਰੀ ਕਮਾਈ ਚਾਹੀਦੀ ਆ ਸੂਟੇ ਮਿਲ ਗਿਆ ਬਾਈ ਮਾਲ ਅੱਜ ਤਾਂ ਨਜ਼ਾਰੇ ਆਉਣਗੇ ਬਾਈ ਪਰ ਮਾਲ ਤਾਂ ਮਿਲ ਗਿਆ ਹੁਣ ਇਹਦਾ ਕੀ ਕਰੀਏ ਇਹਦਾ ਤੇ ਨਿੰਬੂ ਆਦੀ ਗੱਲ ਕਰਦੇ ਆ ਪੰਜਾਬ ਦੇ ਇੱਕ ਜ਼ਿਲ੍ਹੇ ਵਿੱਚ ਆਪਾਂ ਨੌਣੀ ਲੈਣਾ ਕੋਈ ਬੰਦਾ ਆਲੂਆਂ 'ਤੇ ਜੈਲੋ ਕਲਰ ਕਰਕੇ ਨਿੰਬੂ ਬਣਾ ਕੇ ਸਬਜ਼ੀ ਮੰਡੀ ਦੇ ਵਿੱਚ ਵੇਚ ਰਿਹਾ ਸੀ ਅਤੇ ਉੱਥੇ ਪਕੜਿਆ ਗਿਆ ਦੇਖੋ ਕੱਡੀ ਸ਼ਰਮਨਾਕ ਗੱਲ ਹੈ ਇਹ ਬਹੁਤ ਨਿੰਬੂ ਲੈਤੇ ਗਏ ਆਲੂ ਬਣਾ ਕੇ ਅਤੇ ਹੋਰ ਆਪਾਂ ਗੱਲ ਕਰਦੇ ਹਾਂ ਸੰਗਰੂਰ ਜ਼ਿਲ੍ਹੇ ਦੇ ਰਟੋਲਾ ਪਿੰਡ ਵਿੱਚੋਂ ਇੱਕ ਨਿੰਬੂਆਂ ਦਾ ਬੂਟਾ ਪੱਟਿਆ ਗਿਆ ਅਤੇ ਸਾਰੇ ਨਿੰਬੂ ਲੈ ਗਿਆ ਕੋਈ ਉਹਨਾਂ ਦੇ ਘਰ ਰਿਸ਼ਤੇਦਾਰ ਪਤਾ ਲੈ ਕੇ ਜਾ ਰਹੇ ਨੇ ਅਤੇ ਇੱਕ ਗੱਲ ਹੋਰ ਨਿੰਬੂਆਂ ਪਿੱਛੇ ਕਈ ਥਾਵਾਂ 'ਤੇ ਕਤਲ ਵੀ ਹੋ ਗਏ ਹਨ ਇਹ ਸੀ ਅੱਜ ਦੀਆਂ ਨੋਰਮਲ ਖਬਰਾਂ ਲਵ ਯੂ ਆਲ ਆਲ ਸਾਡਾ ਤਾਂ ਸਿੰਮੂ ਵੀ ਯਾਰਾਂ ਨੇ ਵੀ ਲੈਣ ਗਿਆ ਹੋਇਆ ਤੂੰ ਐਂ ਕਰ ਬਈ ਤੁਹਾਨੂੰ ਫੋਨ ਲਾ ਮਾਲ ਵੀ ਮਹਿੰਗਾ ਅਤੇ ਉਹ ਹੈ ਵੀ ਜਵਾਬ ਖੜਾ ਜਾ ਕਿਸੇ ਨੂੰ ਵੀ ਮਾਰੇ ਉਹਦੇ ਦੋ ਥੱਪੜ ਤੋਂ ਉੱਠਿਆ ਨਹੀਂ ਜਾਣਾ ਹੋ ਰਿਹਾ ਯਾਰ ਕਿਤੇ ਉਹ ਨਿੱਕੀ ਗੱਲ ਹੋ ਜੇ ਕੋਈ ਚੱਕ ਲਿਆ ਖਰਚਾ ਯਾਰ ਚੱਕ ਲਿਆ ਹੈ ਚੱਕ ਲਿਆ ਘੱਟ ਗਿਆ ਯਾਰ ਦੁਬਾਰਾ ਲੈ ਚੱਕ ਲਿਆ ਯਾਰ ਬੈਲੇ ਆਈ ਜਾਂਦੀ ਹੈ ਚੱਕਦਾ ਹੈ ਨਹੀਂ ਤੂੰ ਐਂ ਕਰ ਜਿਹੜੇ ਬੰਦੇ ਕੋਲੋਂ ਨਿੰਬੂ ਲੈਣ ਗਿਆ ਸੀ ਉਹਨੂੰ ਫੋਨ ਲਾ ਉਹਦਾ ਵੀ ਉਹਨੂੰ ਫੋਨ ਲਾ ਕੇ ਪੁੱਛੂ ਕਿੱਥੇ ਆ ਮੰਗਾਏ ਕਿੰਨੇ ਕਿਲੋ 'ਤੇ ਮੰਗਾਏ ਤਾਂ ਯਾਰ ਕਿਲੋ ਕੁਤੀ ਬਸ ਹੈਲੋ ਹੈਲੋ ਮੇਰੇ ਨਾਲ ਕਰਾ ਗੱਲ ਅਗ ਚੱਲ ਤੂੰ ਹੀ ਗੱਲ ਕਰ ਲਾ ਯਾਰ ਹੈਲੋ ਹਾਂ ਹਾਂ ਵੀਰੇ ਕੀ ਹਾਲ ਨੇ ਅੱਛਾ ਤੇਰੇ ਕੋਲ ਸਿੰਮੂ ਆਇਆ ਸੀ ਯਾਰ ਨਿੰਬੂ ਲੈਣਾ ਉਹ ਤਾਂ ਫਿਰ ਡੇਢ ਘੰਟਾ ਹੋ ਗਿਆ ਮਾਲ ਲੈ ਕੇ ਡੇਢ ਕਿਲੋ ਨਿੰਬੂ ਦਿੱਤਾ ਸੀ ਉਹਨੂੰ ਸੌ ਖਾ ਬਾਈ ਘੰਟਾ ਹੋ ਗਿਆ ਹਾਂ ਹੋਰ ਘੰਟਾ ਹੋ ਗਿਆ ਉਹ ਤੁਰਨ ਨੂੰ ਕੀ ਕੁੜੀ ਕਾੜੀ ਕਹਿੰਦੀ ਉਹਦੇ ਨਾਲ ਇਹੋ ਜਿਹਾ ਕਿੱਥੇ ਆ ਯਾਰ ਉਹ ਕੀ ਪਤਾ ਲੱਗਦਾ ਅੱਛਾ ਫਿਰ ਤਾਂ ਵੀਰੇ ਛਾਣਬੀਨ ਕਰਨੀ ਜ਼ਰੂਰੀ ਹੈ ਠੀਕ ਆ ਵੀਰੇ ਓਕੇ ਚੰਗਾ ਕੀ ਕਹਿੰਦਾ ਇਹ ਤਾਂ ਕਹਿੰਦਾ ਡੇਢ ਘੰਟੇ ਮੰਗੂਗਾ ਮੇਰੇ ਕੋਲ ਗਏ ਨੂੰ ਅੱਛਾ ਯਾਰ ਚੱਲ ਆਪਾਂ ਚੱਲਦੇ ਹਾਂ ਆਪਾਂ ਲੱਭ ਕੇ ਲਿਆਉਣਾ ਦੇਖਦੇ ਹਾਂ ਆਪਾਂ ਨੂੰ ਵੀ ਕਿੰਨਾ ਟਾਈਮ ਹੋਊਗਾ ਬੈਠਿਆਂ ਨੂੰ ਆ ਜਾ ਓਏ ਚੱਲ ਚੱਲੀਏ ਹੁਣ ਤਾਂ ਸਾਡੇ ਸਿੰਮੂ ਦੀ ਹੈ ਹਾਂ ਆਹ ਲਵੇ ਕੀ ਪਿਆ ਲਾਲ ਲਾਲ ਜਾ ਕਿਤੇ ਹੋਰ ਹੀ ਤਾਂ ਨਹੀਂ ਕੋਈ ਚੰਦ ਚੜ ਗਿਆ ਚੱਲ ਠੀਕ ਡਰ ਜਿਹਾ ਲੱਗੀ ਗਿਆ ਹੈਲੋ ਕਿਉਂ ਚੱਕ ਲਿਆ ਬੰਦਾ ਉਹਦੇ ਭਾਈ ਨੂੰ ਤਾਂ ਦੱਸ ਦਿਓ ਵੀ ਅਸੀਂ ਬੰਦਾ ਕਮਯਾਬ ਕਰ ਲਿਆ ਉਹਨੂੰ ਵੀ ਤਾਂ ਪਤਾ ਲੱਗੇ ਫਿਰ ਹੀ ਕੋਈ ਡਿਮਾਂਡ ਰੱਖੋਗੇ ਚੰਗਾ ਕਿਵੇਂ ਲੱਗ ਰਿਹਾ ਸੋਟੇ ਗਰਮੀ ਨੂੰ ਸਾਡੇ ਇੱਥੇ ਸਵੀਲ ਲਾਈ ਹੋਈ ਆ ਚੁੱਪ ਕਰਕੇ ਬੈਠਿਆ ਰਹਿ ਪੇਪਰ ਹੋ ਗਏ ਤੇਰੇ ਉਹ ਹੈਲੋ ਹੈਲੋ ਹਾਂ ਬਾਈ ਸਿੰਮੂ ਦਾ ਬਾਪੂ ਬੋਲਦਾ ਹਾਂ ਬਾਈ ਕਿੱਥੇ ਆ ਤੇਰਾ ਮੁੰਡਾ ਪਤਾ ਤੈਨੂੰ ਯਾਰ ਇੱਥੇ ਆਇਆ ਨੀ ਯਾਰ ਮੈਨੂੰ ਤਾਂ ਯਾਰ ਸਿੰਮੂ ਪਤਾ ਨੀ ਯਾਰ ਕਿੱਥੇ ਗਿਆ ਤੜਕੇ ਦਾ ਉਹ ਘਰੇ ਕਿੱਥੇ ਹੋਊਗਾ ਮੁੰਡਾ ਤੇਰਾ ਸਾਡੇ ਕੋਲ ਹੈ ਕਿਡਨੈਪ ਹੈ ਸੋਡੇ ਨਵੇਂ ਆ ਕਿਡਨੈਪ ਕਰ ਲਿਆ ਹੁਣ ਅਸੀਂ ਨੇ ਜੇ ਤੂੰ ਆਪਦੇ ਮੁੰਡੇ ਦੀ ਜਾਨ ਦੀ ਸਲਾਮਤੀ ਚਾਹੁੰਦਾ ਨਾ ਚੁੱਪ ਕਰਕੇ ਚਾਰ ਟਰਾਲੀਆਂ ਤੂੜੀ ਦੀਆਂ ਤੇ ਚਾਰ ਮਣ ਨਿੰਬੂ ਭੇਜ ਦੇ ਤੇ ਜਗ੍ਹਾ ਲਿਖ ਲਾ ਜਗ੍ਹਾ
सबूत चाहिए तेन आपके मुंडे का गल कर बोलो ए बापा तेरा बोल पा सारा तेरी भूआ नी तेरा बापा हेलो डैडी डैडी दबारे की मंगते ने फिर इन्होंने मैं मार देना नहीं भाई बन के बचा ला मैं सिमो गल कराई इन्होंने माड़ी जी हाँ जी दसो ना हाँ वो मेरे साले दसो की कहने हो तुसी चार ट्रालियां तूड़ी दी चार मण नींबू अच्छा मेरे साले जेड़े तुसी नींबू कहने हो ना चार पसेरियां किन्नियां कहने हो आहा ना दस उन्हों मैं एक फोल के देवा नींबू का आ जी तूड़ी कहो ना तुम चार ट्रालियां मेरे सारे सोनू एक टोकरा नहीं हूँ तूड़ी का मुंडा रखना मेरा रख लो सिमू और मेरी मां रख लो मेरे सारे मैं सिमू नवे ही कर लूंगा